ਅੱਜ again ਜੀ ਸਾਰਿਆਂ ਨੂੰ ਸੋਨ ਡਾ ਜੀ ਤੁਸੀਂ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਾ ਨਜ਼ਦੀਕੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਇਟਲੀ ਦੀ ਸਿਚੁਏਸ਼ਨ ਫਿਰ ਉਸ ਤੋਂ ਬਾਅਦ ਜਿਹੜੀਆਂ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਖਾਸ ਖਬਰਾਂ ਨੇ ਉਹਨਾਂ ਵੱਲ ਇੱਕ ਨਜ਼ਰ ਮਾਰਾਂਗੇ ਜੀ ਅੱਜ ਇਟਲੀ ਦੇ ਵਿੱਚ ਆਏ ਹੈ ਜੀ 5735 ਨਵੇਂ ਕੇਸ 11 ਮਰੀਜ਼ਾਂ ਦੀ ਹੋਈ ਮੌਤ 1991 ਮਰੀਜ਼ ਠੀਕ 112268 ਇਟਲੀ ਦੇ ਵਿੱਚ ਅੱਜ ਵੀ ਪੋਜ਼ੀਟਿਵ ਮਰੀਜ਼ ਮੌਜੂਦ ਹੈ ਜੀ ਜਿਨ੍ਹਾਂ ਦੇ ਵਿੱਚੋਂ 299 ਆਈਸੀਯੂ ਦੇ ਵਿੱਚ ਨੇ 2631 ਕੋਵਿਡ ਦੇ ਸਿੰਪਟਮ ਦੇ ਨਾਲ ਹਸਪਤਾਲਾਂ ਦੇ ਵਿੱਚ 109336 ਘਰਾਂ ਦੇ ਵਿੱਚ ਕਵਾਰੰਟਾਈਨ ਕੀਤਾ ਗਿਆ ਹੈ ਜੀ ਜੇਕਰ ਗੱਲ ਕੀਤੀ ਜਾਵੇ ਟੈਸਟਾਂ ਦੀ ਤਾਂ ਅੱਜ 203511 ਟੋਟਲ ਟੈਸਟ ਕੀਤੇ ਗਏ ਨੇ ਅੱਜ ਤਾਂ ਸਵ ਦੀ ਪੋਜ਼ਿਟਿਵਿਟੀ ਤਾਂ 2.82 ਸੀ ਉਦਰੀ ਜੇਕਰ ਅਸੀਂ ਟੌਪ 5 ਸਟੇਟਾਂ ਦੀ ਗੱਲ ਕਰੀ ਤਾਂ ਸਿਜੀਲੀਆ ਦੇ ਵਿੱਚ 776 ਲੁੰਬਰਦੀਆ ਦੇ ਵਿੱਚ 756 ਤੋਸਕਾਨਾ ਦੇ ਵਿੱਚ 714 ਐਮੀਲੀਆ ਰੋਮਾਨੀਆ ਦੇ ਵਿੱਚ 685 ਅਧਿਤੇ ਵੇਨੇਤੋ ਵਿੱਚ 682 ਨਵਾਂ ਕੇਸ ਦਰਜ ਹੋਇਆ ਜੀ ਸਭ ਤੋਂ ਪਹਿਲੇ ਅਪਡੇਟ ਵੱਲ ਚਲਦੇ ਹਾਂ ਜੀ ਜੋ ਕਿ ਅਸੀਂ ਤੁਹਾਨੂੰ ਸਵੇਰੇ ਦੱਸਿਆ ਹੈ ਕਿ ਧਾਰਮਿਕ ਸਥਾਨਾਂ ਦੇ ਵਿੱਚ ਮੰਦਰ ਮਸਜਿਦ ਜਾਂ ਫਿਰ ਗੁਰਦੁਆਰਾ ਸਾਹਿਬ ਉਹ ਵੀ ਉਹਨਾਂ ਦੇ ਵਿੱਚ ਗ੍ਰੀਨ ਪਾਸ ਦੀ ਲੋੜ ਨਹੀਂ ਸਰਕਾਰ ਨੇ ਕਾਫੀ ਇਸ ਬਾਰੇ ਇਟਲੀ ਦੀਆਂ ਕਾਫੀ ਅਖਬਾਰਾਂ ਨੇ ਪੋਸਟ ਕੀਤੀ ਹੈ ਜੀ ਅਗਲੇ ਅਪਡੇਟ ਵੱਲ ਚਲਦੇ ਹਾਂ ਜੀ ਅਗਲਾ ਆਪਣਾ ਅਪਡੇਟ ਕਰਮੋਨੇ ਦੁਆਰਾ ਜੀ ਅਖਬਾਰਾ ਜੀ ਕਰਮੋਨੋਜੀ ਜਿਹਦੇ ਵਿੱਚ ਇੱਕ ਖਬਰ ਛਪ ਕੇ ਆਈ ਹੈ ਜੀ ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ 47 ਸਾਲ ਉਮਰ ਦਾ ਬੰਦਾ ਜੋ ਕਿ ਨੈਸ਼ਨੈਟੀ ਇੰਡੀਅਨ ਦੱਸੀ ਜਾ ਰਹੀ ਹੈ ਆਪਣੇ ਘਰ ਵਾਲਿਆਂ ਨਾਲ ਲੜ ਕੇ ਉਹਨੇ ਆਪਣੇ ਜਿਸ ਬਿਲਡਿੰਗ ਦੇ ਵਿੱਚ ਰਹਿ ਰਿਹਾ ਸੀ ਉਸ ਤੋਂ ਛਾਲ ਮਾਰਤੀ ਤੇ ਛਾਲ ਮਾਰਨ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਗਿੱਟਾ ਜਿਹੜਾ ਉਹਦੇ ਪੈਰ ਦੇ ਵਿੱਚ ਸੱਟ ਲੱਗੀ ਹੈ ਤੇ ਤੁਰ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਸ਼ਾਹ ਨੂੰ ਦੇਖ ਕੇ ਜਿਹੜੇ ਉਹਦੇ ਫੈਮਿਲੀ ਸੀ ਉਹਨਾਂ ਨੇ ਆਪਣੇ ਐਂਬੂਲੈਂਸ ਨੂੰ ਫੋਨ ਕੀਤਾ 118 ਨੂੰ ਤੇ ਉਹ ਪਹੁੰਚੇ ਨੇ ਤੇ ਹੁਣ ਉਹਨੂੰ ਹਸਪੀਟਲ ਲੈ ਕੇ ਗਏ ਨੇ ਐਂਬੂਲੈਂਸ ਦੇ ਵਿੱਚ ਤੇ ਕੌਦੇ ਚ ਜਾਲੋ ਪੀਲੇ ਰੰਗ ਦੇ ਨਾਲ ਇੱਕ ਹੋਰ ਕੇਸ ਸਾਹਮਣੇ ਆਇਆ ਜੀ ਕਰ ਦੇ ਵਿੱਚ ਚੋਰੀ ਦਾ ਕੇਸ ਸਾਹਮਣੇ ਆਇਆ ਜੋ ਚੋਰੀ ਕੀਤੀ ਹੈ ਜੀ ਇੱਕ ਦੱਸਿਆ ਜਾ ਰਿਹਾ ਕਿ ਲਾ ਪ੍ਰੋਵਿੰਸ ਚਕਰਮੋਨਾ ਪੋਂਦੋਇਟ ਤੇ ਇਸ ਖਬਰ ਨੂੰ ਤੁਸੀਂ ਦੇਖ ਸਕਦੇ ਹੋ ਜੀ ਇੱਕ ਘਰ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਘਰ ਦੇ ਵਿੱਚ అలਾਰਮ ਲੱਗੇ ਸਨ ਕੈਮਰਾ ਲੱਗਾ ਸੀ ਜਿੱਦਾਂ ਹੀ ਚੋਰ ਘਰ 'ਚ ਐਂਟਰ ਹੁੰਦੇ ਆ ਜਿਹੜਾ ਘਰ ਦੇ ਮਾਲਕਾ ਉਹਨਾਂ ਦੇ ਘਰ అలਾਰਮ ਪਹੁੰਚ ਜਾਂਦਾ ਉਹ ਪੁਲਿਸ ਨੂੰ ਫੋਨ ਕਰਦੇ ਨੇ ਪੁਲਿਸ ਪਹੁੰਚਦੀ ਹੈ ਤੇ ਚੋਰ ਪਿਛਲੇ ਦਰਵਾਜ਼ੇ ਤੋਂ ਫਰਾਰ ਹੋ ਜਾਂਦੇ ਆ ਪਰ ਉੱਥੇ ਸਾਹਮਣੇ ਇੱਕ ਗੱਡੀ ਖੜੀ ਦੇਖ ਕੇ ਜਿਸ ਟਾਈਮ ਪੁਲਿਸ ਉਸ ਗੱਡੀ ਦੀ ਛਾਣਬੀਨ ਕਰਦੀ ਹੈ ਤਾਂ ਪਤਾ ਲੱਗਦਾ ਉਹਦੇ ਵਿੱਚ ਇੱਕ ਬੰਦਾ ਰੋਮੇਨਿਆ ਦਾ ਰੋਮਾਨੀਆ ਦਾ ਅਤੇ ਇੱਕ ਬੰਦਾ ਇੰਡੀਅਨ ਸੀ ਜਿਸ ਦਾ ਨਾਮ ਕੇ ਜੀ ਐਸ ਦੋ ਜਿਹਦਾ ਜਨਮ 2000 ਸਨ 2000 ਦਾ ਸੀ ਤੇ ਨਾਮ ਜਿਹੜਾ ਗੋਪਤ ਰੱਖਿਆ ਗਿਆ ਤੇ ਹੁਣ ਇਹਨਾਂ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਤੇ ਇਹਨਾਂ ਦੇ ਉੱਤੇ ਛਾਣਬੀਨ ਚੱਲ ਰਹੀ ਹੈ ਜੀ ਇਹਨਾਂ ਤੇ ਚੋਰੀ ਦਾ ਕੇਸ ਲੱਗ ਚੁੱਕਾ ਹੈ ਜੀ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਨੀਰਜ ਚੋਪੜਾ ਨੇ ਆਪਣੀ 올림픽 ਦੀਆਂ ਗੇਮਾਂ ਦੇ ਵਿੱਚ ਇੰਡੀਆ ਦਾ ਨਾਮ ਭਾਰਤ ਦਾ ਨਾਮ ਰੌਸ਼ਨ ਕੀਤਾ ਜੀ ਉਹਨਾਂ ਨੇ ਜਿਹੜੇ ਜੈਵਲਿਨ ਥਰੋਅ ਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਜੀ ਉਹਨਾਂ ਦਾ ਜਿਹੜਾ ਪਹਿਲਾ 87. 58 ਮੀਟਰ ਤੇ ਉਹਨਾਂ ਨੇ ਜਿਹੜੀ ਥਰੋ ਮਾਰੀ ਹੈ ਜੀ ਉਹ ਸਿੱਟਿਆ ਉਹਨੂੰ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਜੋ ਇੰਟਰਵਿਊ ਹੋਇਆ ਅਖਬਾਰਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਆਪਣੇ ਵੱਲੋਂ ਬਹੁਤ ਵਧੀਆ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਆਪ ਨਹੀਂ ਯਕੀਨ ਹੋ ਰਿਹਾ ਕਿ ਮੈਂ ਜਿਹੜਾ 골ਡ ਜਿੱਤ ਲਿਆ ਤੇ ਇਹਦੇ ਨਾਲ ਭਾਰਤ ਦੀ ਹਿਸਟਰੀ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਦਰਜ ਕਰ ਦਿੱਤਾ ਜੀ ਨੀਰਜ ਚੋਪੜਾ ਨੇ ਤੇ ਆਪਣਾ ਇੰਡੀਆ ਦਾ ਭਾਰਤ ਦਾ ਵੀ ਹੁਣ ਖਾਤਾ ਖੁੱਲ ਗਿਆ ਜੀ ਸੋਨੇ ਦੇ ਤਗਮਿਆਂ ਦਾ ਸੋਨੇ ਦੀਆਂ ਜਿਹੜੀਆਂ ਮੈਡਲਾਂ ਦਾ ਤੇ ਉਮੀਦ ਕਰਦੇ ਆਂ ਕਿ ਹੋਰ 골ਡ ਮੈਡਲ ਇੰਡੀਆ ਨੂੰ ਪ੍ਰਾਪਤ ਹੋਣਗੇ ਜੀ ਇਹੀ ਤੁਹਾਨੂੰ ਜਪਾਨੀ ਖਾਣੇ ਖਾਣਾ ਖਾਣਾ ਪਸੰਦ ਕਰਦੇ ਹੋ ਕਿ ਤੁਸੀਂ ਸੂਸ਼ੀ ਵੀ ਕਦੇ ਖਾਧਾ ਤਾਂ ਫਿਰ ਤੁਹਾਨੂੰ ਅਸੀਂ ਸਲਾਹ ਦੇਵਾਂਗੇ ਕਿ ਜੇਕਰ ਸੂਸ਼ੀ ਖਾਣ ਦੇ ਸ਼ਕੀਨ ਹੋ ਤੇ ਰੇਜੋ ਕਲੱਬ ਜਿਹਦੇ ਵਿੱਚ ਰਹਿ ਰਹੇ ਹੋ ਤਾਂ ਰੇਜੋ ਕਲੱਬ ਦੀਆਂ ਦੇ ਜਿਹੜੇ ਨਾਸ ਵਾਲੀ ਹੈ ਜਿਹੜੇ ਕਾਰਾ ਵਨੀਰੀ ਦਾ ਨਾਸ ਮਹਿਕਮ ਉਹਨਾਂ ਨੇ ਇੱਕ ਰੈਸਟੋਰੈਂਟ ਦੇ ਵਿੱਚ ਛਾਪਾ ਮਾਰਿਆ ਜਿੱਥੇ ਇਹ ਜੋ ਸੂਸ਼ੀ ਆ ਜਪਾਨ ਦੀ ਇੱਕ ਬਹੁਤ ਵਧੀਆ ਖਾਣ ਪੀਣ ਦੀ ਜਿਹਨਾਂ ਦੀ ਡਿਸ਼ ਉਹਨਾਂ ਦੇ ਵਿੱਚ ਕਾਕਰਚ ਅਤੇ ਬਹੁਤ ਸਾਰੀਆਂ ਹੋਰ ਜਿਹੜੇ ਆ ਕੀੜੇ ਮਕੌੜੇ ਘੁੰਮ ਫਿਰ ਰਹੇ ਸਨ ਤੇ ਉਹੀ ਜਿਹੜੇ ਸੂਸੀ ਇਹ ਜਿਹੜੇ ਇੱਥੇ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਖਲਾ ਪਲਾ ਰਹੇ ਸਨ ਰੈਜੋ ਕਲੱਬ ਦੀਆਂ ਨੇ ਇਸ ਰੈਸਟੋਰੈਂਟ ਨੂੰ ਜਿਹੜਾ 25000 ਦਾ ਜਿਹੜੇ ਇਹਨਾਂ ਕੋਲ ਮੱਛੀ ਸੀਗੀ ਜਿਸ ਨੂੰ ਜ਼ਬਤ ਕੀਤਾ ਤੇ ਉਹਨੂੰ ਜੁਰਮਾਨਾ ਕੀਤਾ ਤੇ ਇਹਦਾ ਬੰਦ ਕਰ ਦਿੱਤਾ ਜੀ ਰੈਸਟੋਰੈਂਟ ਕਿਉਂਕਿ ਕਾਫੀ ਬੰਦਿਆਂ ਨੂੰ ਪ੍ਰੋਬਲਮ ਆ ਰਹੀ ਸੀ ਸਿਹਤ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਜਿਸ ਕਾਰਨ ਉੱਥੇ ਪਹੁੰਚ ਕੇ ਉਹਨਾਂ ਨੇ ਛਾਪਾ ਮਾਰਿਆ ਜੀ ਵੈਦਰ ਅਪਡੇਟ ਵੱਲ ਚੱਲਦੇ ਹਾਂ ਜੀ ਇਟਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਗਰਮੀ ਇੱਕ ਵਾਰ ਫੇਰ ਆਣੀ ਸ਼ੁਰੂ ਹੋ ਜਾਣੀ ਹੈ ਪਰ ਇਟਲੀ ਦਾ ਜਿਹੜਾ ਉੱਤਰੀ ਭਾਗ ਆ ਨਾਰਥ ਏਰੀਆ ਦੇ ਵਿੱਚ ਮੀ ਕਣੀ ਬਰਸਾਤ ਜਾਰੀ ਰਹਿਣਗੇ ਪਰ ਜਿਹੜਾ ਸਾਊਥ ਦਾ ਏਰੀਆ ਇਟਲੀ ਦੇ ਵਿੱਚ ਉਹਦੇ ਵਿੱਚ ਗਰਮੀ ਜਿਹੜੀ ਆ 45 ਡਿਗਰੀ ਤੱਕ ਪਹੁੰਚ ਜਾਣੀ ਹੈ ਜੀ ਇੰਗਲੈਂਡ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ 27000 ਨਵਾਂ ਕੇਸ ਅਤੇ 39 ਮਰੀਜ਼ਾਂ ਦੀ ਹੋਈ ਮੌਤ ਡਿਸਕੋਟੇਕ ਵਾਲੇ ਨਹੀਂ ਟਾਲਦੇ ਜੀ ਡਿਸਕੋਟੇਕ ਜਿਹੜੇ ਹੁਣ ਖੋਲ ਵੀ ਰਹੇ ਨੇ ਨਚਣ ਕਰਨ ਉਨਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਨੇ ਇੱਕ ਡਿਸਕੋਟੇਕਾ ਜੋ ਕਿ ਰਿਚੋਨੇ ਦੇ ਵਿੱਚ ਹੈ ਜਿਹਦੇ ਵਿੱਚ ਬੰਦੇ ਬਿਨਾ ਮਾਸਕ ਤੋਂ ਨੱਚ ਟੱਪ ਰਾਈ ਸਨ ਆਵਾਜ਼ ਉੱਚੀ ਸੀ ਤੇ ਉਹਨਾਂ ਨੂੰ ਇੱਕ ਹਫ਼ਤੇ ਲਈ ਪਹਿਲਾਂ ਵੀ ਬੰਦ ਕੀਤਾ ਹੋਇਆ ਸੀ ਪਰ ਫਿਰ ਉੱਥੇ ਜਿਹੜੇ ਪੁਲਿਸ ਪਹੁੰਚੀ ਤੇ ਦੇਖਿਆ ਕਿ ਸਿਚੁਏਸ਼ਨ ਸੇਮ ਹੈ ਇਸ ਕਰ ਨੂੰ ਉਹਨਾਂ ਨੇ ਕੀ ਕੀਤਾ ਉਹਨੂੰ ਹੁਣ ਕਾਫੀ ਟਾਈਮ ਦੇ ਲਈ ਬੰਦ ਕਰ ਦਿੱਤਾ ਇਦਾਂ ਹੀ ਇੱਕ ਹੋਰ ਪਾਸੇ ਡਿਸਕੋਟੇਕਾ ਹੈ ਜਿੱਥੇ ਲੋਕੀ ਨੱਚ ਰਹੇ ਸੀਗੇ ਇਹ ਡਿਸਕੋਟੇਕਾ ਰੀਮੀਨੀ ਦੇ ਵਿੱਚ ਰੀਮੀਨੀ ਦੇ ਵਿੱਚ ਜਿੱਥੇ ਇਸ ਨੂੰ ਵੀ ਬੰਦ ਕਰ ਦਿੱਤਾ ਗਿਆ ਕਿਉਂਕਿ ਇੱਥੇ ਤਾਂ तकरीबन ਹਜ਼ਾਰ ਤੋਂ ਵੱਧ ਜਿਹੜੇ ਲੋਕੀ ਨੱਚ ਟੱਪ ਰਏ ਸੀਗੇ ਤੇ ਨਾਲ ਨਾਲ ਉਹਨਾਂ ਨੇ ਉੱਥੋਂ ਜਿਹੜੇ ਨਸ਼ੇ ਦੇ ਪਦਾਰਥ ਭੰਗ ਵਗੈਰਾ ਤੇ ਚਿਟਾ ਇਦਾਂ ਦੇ ਜਿਹੜੇ ਕਾਫੀ ਨਸ਼ੇ ਦੇ ਪਦਾਰਥ ਉਹਨਾਂ ਨੇ ਬਰਾਮਦ ਕੀਤੇ ਨੇ ਜੀ ਸਕੂਲ ਦੇ ਵਿਭਾਗੋਂ ਵੀ ਲੋਕ ਕਾਫੀ ਅਪਡੇਟ ਆ ਰਹੇ ਨੇ ਸਕੂਲ ਦਾ ਜਿਹੜਾ ਵਿਭਾਗ ਉਹ ਕਹਿ ਰਿਹਾ ਜੀ ਕਿ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਅਸੀਂ ਗ੍ਰੀਨ ਪਾਸ ਲਾਗੂ ਕਰੀਏ ਸਾਨੂੰ 400 ਤੋਂ ਹਜ਼ਾਰ 3000 ਤੱਕ ਜੁਰਮਾਨੇ ਹੋ ਸਕਦੇ ਆ ਪਰ ਅਸੀਂ ਇਹ ਕੇਸ ਹਸਾਬ ਨਾ ਕਰ ਸਕੀ ਅਸੀਂ ਸਕੂਲ ਨੂੰ ਚਲਾਈਏ ਜਾਂ ਅਸੀਂ ਲੋਕਾਂ ਨੂੰ ਚੈੱਕ ਕਰੀਏ ਇਹਦੇ ਲਈ ਸਾਨੂੰ ਹੋਰ ਬੰਦੇ ਕੰਮਾਂ ਤੇ ਲਾਣੇ ਪੈਣੇ ਆ ਜਿਹਦੇ ਕਾਰਨ ਘੱਟ ਤੋਂ ਘੱਟ ਦੱਸਿਆ ਜਾ ਰਿਹਾ ਕਿ 8000 ਸਕੂਲਾਂ ਦੇ ਵਿੱਚ ਬੰਦਿਆਂ ਦੀ ਲੋੜ ਹੈ ਤੇ ਘੱਟ ਤੋਂ ਘੱਟ ਇੱਕ ਇੱਕ ਸਕੂਲ ਦੇ ਵਿੱਚ ਜੇ 2-2 3-3 ਬੰਦੇ ਵੀ ਰੱਖਣ ਤਾਂ 15-20000 24000 ਬੰਦਾ ਇਹਨਾਂ ਨੂੰ ਹੋਰ ਭਰਤੀ ਕਰਨਾ ਪੈਣਾ ਸਕੂਲਾਂ ਦੇ ਵਿੱਚ ਜੋ ਕਿ ਸਿਰਫ ਅਤੇ ਸਿਰਫ ਗ੍ਰੀਨ ਪਾਸ ਹੀ ਚੈੱਕ ਕਰੂਗਾ ਤੇ ਉਹਦਾ ਜਿਹੜਾ ਪੈਸਾ ਸਰਕਾਰ ਨੂੰ ਇਹਨਾਂ ਨੂੰ ਦੇਣਾ ਪੈਣਾ ਜੀ ਸਕੂਲ ਵਾਲਿਆਂ ਨੂੰ ਇਟਲੀ ਦੇ ਵਿੱਚ ਇੱਕ ਹੋਰ ਪਿੰਡ ਹੈ ਜੀ ਪਿੰਡ ਅਫਰੀਕੋ ਤੋਂ ਬਾਅਦ ਇੱਕ ਹੋਰ ਪਿੰਡ ਹੈ ਜਿਸ ਦਾ ਨਾਮ ਹੈ ਜੀ ਬਾਗਾਲਾਦੀ ਬਾਗਾਲਾਦੀ ਪਿੰਡ ਵੀ ਇਟਲੀ ਦੇ ਵਿੱਚ ਰੈੱਡ ਜ਼ੋਨ ਦੇ ਵਿੱਚ ਚਲਾ ਗਿਆ ਜੀ ਇਸ ਇਹ ਜਿਹੜਾ ਪਿੰਡ 8 ਅਗਸਤ ਰਾਤ 10 ਵਜੇ ਤੋਂ ਲੈ ਕੇ 18 ਅਗਸਤ ਤੱਕ 18 ਅਗਸਤ 2021 ਤੱਕ ਇਸ ਪਿੰਡ ਨੇ ਰੈੱਡ ਜ਼ੋਨ ਦੇ ਵਿੱਚ ਰਹਿਣਾ ਜੀ ਪਿੰਡ ਦੇ ਪ੍ਰਧਾਨ ਸ਼ਹਿਰ ਦੇ ਪ੍ਰਧਾਨ ਆ ਜਿਹੜੇ ਉਹਨਾਂ ਨੇ ਇਹ ਨਵੇਂ ਫਰਮਾਨ ਜਾਰੀ ਕਰ ਦਿੱਤੇ ਨੇ ਜੀ ਕਿਉਂਕਿ ਕੇਸਾਂ ਦੀ ਗਿਣਤੀ ਉੱਥੇ ਬਹੁਤ ਹੀ ਵਾਧੂ ਨਜ਼ਰ ਆ ਰਹੀ ਸੀ ਜਿਸ ਕਾਰਨ ਉਹਨਾਂ ਨੇ ਰੈੱਡ ਜ਼ੋਨ ਡਿਕਲੇਅਰ ਕਰ ਦਿੱਤਾ ਜੀ ਰੈੱਡ ਰੇਜੋ ਕਲਾਬਰੀਆ ਦੇ ਵਿੱਚ ਦੋ ਪਿੰਡ ਨੇ ਇੱਕ ਅਫਰੀਕੋ ਅਤੇ ਦੂਜਾ ਬਾਗਾਲਾਦੀ ਜਿਨ੍ਹਾਂ ਨੂੰ ਇਹਨਾਂ ਨੇ ਹੁਣ ਰੈੱਡ ਜ਼ੋਨ ਡਿਕਲੇਅਰ ਕਰ ਦਿੱਤਾ ਹੈ ਜੀ ਇਟਲੀ ਦੀ ਸਰਕਾਰ ਨੇ ਇਟਾਲੀਅਨ ਦੇਸ਼ਵਾਸੀਆਂ ਨੂੰ ਇੱਕ ਮੰਗ ਕੀਤੀ ਹੈ ਜੀ ਉਹ ਇਹ ਹੈ ਕਿ ਵੈਕਸੀਨ ਵੱਧ ਤੋਂ ਵੱਧ ਲਵਾਓ ਕਿਉਂਕਿ ਹੁਣ ਵੀ ਜੇਕਰ 50 ਸਾਲ ਤੋਂ ਉੱਤੇ ਗਿਣਤੀ ਦੇਖੀ ਜਿਨ੍ਹਾਂ ਦੀ ਤਾਂ ਇਟਲੀ ਦੇ ਵਿੱਚ ਹੁਣ ਵੀ 44 ਲੱਖ ਦੱਸਿਆ ਜਾ ਰਿਹਾ 44 ਲੱਖ ਬੰਦਾ ਇਹੋ ਜਿਹੇ ਆ ਜਿਨ੍ਹਾਂ ਨੇ ਵੈਕਸੀਨ ਦਾ ਪਹਿਲਾ ਡੋਜ਼ ਵੀ ਨਹੀਂ ਲਵਾਇਆ ਤੇ ਉਹਨਾਂ ਦੀ ਜਿਹੜੀ ਉਮਰ ਆ 50 ਸਾਲ ਤੋਂ ਉੱਤੇ ਚੱਲ ਰਹੀ ਹੈ ਜੀ ਪੂਰੀ ਦੁਨੀਆ ਦੇ ਵਿੱਚ ਇਟਲੀ ਦੇ ਵਿੱਚ ਤੇ ਫਰਾਂਸ ਦੇ ਵਿੱਚ ਸਾਡੇ ਪਾਸੇ ਜਿਹੜੇ ਨੋ ਵੈਕਸ ਵਾਲਿਆਂ ਇਹਨਾਂ ਦੇ ਧਰਨੇ ਲੱਗ ਰਹੇ ਨੇ ਪ੍ਰੋਟੈਸਟ ਹੋ ਰਹੇ ਨੇ ਮਿਲਾਨ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਗਿਆ ਜੀ ਤੇ ਜਿਹੜੇ ਵੀ ਪ੍ਰੋਟੈਸਟ ਹੋ ਰਹੇ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਸਰਕਾਰ ਤੋਂ ਖਿਲਾਫ ਹੋ ਕੇ ਜਾ ਰਿਹਾ ਹੈ ਸਰਕਾਰ ਤੋਂ ਮਾਨਤਾ ਪ੍ਰਾਪਤ ਨਹੀਂ ਸੀ ਨਾ ਧਰਨਿਆਂ ਦੀ ਨਾ ਹੀ ਜਿਹੜਾ ਫਰੋਇਲੀ ਦੇ ਵਿੱਚ ਹੋਇਆ ਤੇ ਨਾ ਹੀ ਜਿਹੜਾ ਕੰਪਾਨੀਆ ਦੇ ਵਿੱਚ ਧਰਨਾ ਹੋਇਆ ਸਰਕਾਰ ਦੇ ਕੋਲੋਂ ਇਹਨਾਂ ਧਰਨਿਆਂ ਦੀ ਇਜਾਜ਼ਤ ਨਹੀਂ ਲਈ ਗਈ ਜੀ ਉਧਰ ਹੀ ਜਿਗਰ ਧਰਨੇ ਦੀ ਗੱਲ ਕਰੀਏ ਜੋ ਕਿ ਪ੍ਰੋਟੈਸਟ ਹੋ ਰਿਹਾ ਜੀ ਗ੍ਰੀਨ ਪਾਸ ਦੇ ਖਿਲਾਫ ਫਰਾਂਸ ਦੇ ਵਿੱਚ ਇਹਦੇ ਵਿੱਚ ਵੀ ਜਿਹੜਾ ਆਪਣਾ ਪੈਰਿਸ ਆ ਪੈਰਿਸ ਦੇ ਪਿਆਸਿਆਂ ਦੇ ਵਿੱਚ ਲੋਕਾਂ ਨੇ ਕਾਫੀ ਗਾਹ ਪਾਇਆ ਜੀ ਕਾਫੀ ਹੱਦ ਤੱਕ ਲੋਕਾਂ ਨੇ ਧਰਨੇ ਦੇ ਵਿੱਚ ਹਿੱਸਾ ਲਿਆ ਜੀ ਅਗਲਾ ਅਪਡੇਟ ਆ ਰਿਹਾ ਜੀ ਮੱਕਾ ਤੋਂ ਜੀ ਮੱਕਾ ਮਦੀਨਾ ਤੋਂ ਆ ਰਹੀ ਜੀ ਇੱਕ ਗੁੱਡ ਨਿਊਜ਼ ਦੱਸਿਆ ਜਾ ਰਿਹਾ ਕਿ ਜਿਹੜੇ ਬਾਹਰਲੇ ਬੰਦੇ ਵੀ ਹੱਜ ਕਰਨ ਵਾਲੇ ਨੇ ਉਹ ਵੀ ਹੁਣ ਮੱਕਾ ਵਾਪਸ ਜਾ ਸਕਦੇ ਨੇ ਦੱਸਿਆ ਜਾ ਰਿਹਾ ਕਿ 18 ਮਹੀਨੇ ਬੰਦ ਹੋਣ ਤੋਂ ਬਾਅਦ ਉਹਨਾਂ ਨੇ ਜਿਹੜੇ ਇਹ ਸਿਰਫ ਉੱਥੇ ਰਹਿਣ ਵਾਲੇ ਹੀ ਸਾਊਦੀ ਵਿੱਚ ਰਹਿਣ ਵਾਲੇ ਬੰਦੇ ਹੀ ਜਾ ਸਕਦੇ ਹੁਣ ਬਾਹਰੋਂ ਵੀ ਬੰਦੇ ਆ ਸਕਣਗੇ ਜੀ ਇਹ ਵੀ ਖਬਰ ਅੱਜ ਹੀ ਛਪੀ ਹੈ ਜੀ ਅਧਿਕ ਹੋਰ ਅਪਡੇਟ ਵੱਲ ਚਲਦੇ ਹਾਂ ਜੀ ਇਟਲੀ ਦੇ ਵਿੱਚ ਤਾਂ ਨਹੀਂ ਯੂਰਪ ਦੇ ਵਿੱਚ ਨਹੀਂ ਪਰ ਅਮਰੀਕਾ ਦੇ ਵਿੱਚ ਦੱਸਿਆ ਜਾ ਰਿਹਾ ਇਸ ਟਾਈਮ ਐਕਸਪਰਟ ਇੱਕ ਗੱਲ ਕਰ ਰਹੇ ਨੇ ਜੀ ਉਹ ਗੱਲ ਜਿੱਦਾਂ ਇਟਲੀ ਦੇ ਵਿੱਚ ਆਂਦੀ ਯੂਰਪ ਦੇ ਵਿੱਚ ਆਂਦੀ ਉਹਦੇ ਬਾਰੇ ਜ਼ਰੂਰ ਦੱਸਾਂਗੇ ਉਹ ਕੀ ਹੈ ਜੀ ਉਹ ਕਰ ਰਹੇ ਨੇ ਜੀ ਜਿਹੜੇ ਹਰ ਸਾਲ ਵੈਕਸੀਨ ਦਾ ਡੋਜ਼ ਲੱਗੂ ਬਿਲਕੁਲ ਸਹੀ ਸੁਣਿਆ ਜੀ ਗੱਲ ਫਾਈਜ਼ਰ ਦੀ ਕਰੀਏ ਬਿਓ ਟੈਕ ਦੀ ਕਰੀਏ ਜਾਂ ਮੋਦਰਨਾ ਦੀ ਕਰੀਏ ਜਿਹੜੀ ਵੀ ਵੈਕਸੀਨ ਦੀ ਕਰੀਏ ਇਹਨਾਂ ਦਾ ਜਿਹੜਾ ਹਜ਼ਾਰਾਂ ਕਰੋੜਾਂ ਦੇ ਹਿਸਾਬ ਦੇ ਨਾਲ ਪ੍ਰੋਫਿਟ ਚੱਲ ਰਿਹਾ ਵੈਕਸੀਨ ਦੇ ਕਾਰਨ ਪਹਿਲਾਂ ਵੀ ਇਹ ਪ੍ਰੋਫਿਟ ਚੱਲ ਰਹੀ ਸੀ ਪਰ ਹੁਣ ਉਹਨਾਂ ਦੇ 2 200 3 300 ਗੁਣਾ ਜ਼ਿਆਦਾ ਇਹਨਾਂ ਨੂੰ ਪ੍ਰੋਫਿਟ ਮਿਲ ਰਿਹਾ ਜੀ ਪਹਿਲਾਂ ਸਿਰਫ ਇੱਕ ਡੋਜ਼ ਦੀ ਗੱਲ ਹੋਈ ਸੀ ਫਿਰ ਦੂਸਰੀ ਡੋਜ਼ ਦੀ ਗੱਲ ਹੋਈ ਤੇ ਉਸ ਤੋਂ ਬਾਅਦ ਤੀਸਰੀ ਡੋਜ਼ ਦੇ ਬਾਰੇ ਗੱਲ ਸੋਚ ਹੀ ਰਹੇ ਸੀ ਕਿ ਅਮਰੀਕਾ ਦੀ ਜਿਹੜੀ ਜਿਹੜੇ ਡਰੱਗ ਨੂੰ ਜਿਹੜੇ ਉੱਥੇ ਦੇ ਜਿੰਨੀ ਵੀ ਉਹਨਾਂ ਦੇ ਵਿੱਚ ਮੈਡੀਕਲ ਆ ਜਿਹੜਾ ਉਹਨਾਂ ਨੂੰ ਅਪਰੂਵ ਕਰਦੇ ਆ ਆਈਫਾ ਉਹਨਾਂ ਨੇ ਦੱਸਿਆ ਕਿ ਜਿਹੜਾ ਵੈਕਸੀਨ ਆ ਨੂੰ ਹਰ ਸਾਲ ਲਵਾਇਆ ਜਾਣਾ ਤੇ ਉਸ ਤੋਂ ਬਾਅਦ ਜਿਹੜੇ ਆਈਫਾ ਆ ਆਈਫਾ ਆਪਾਂ ਨੂੰ ਪਤਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜੋ ਆਈਫਾ ਆ ਜਿਹਦਾ ਯੂਰਪ ਦੇ ਲਈ ਐਮਾ ਜੋ ਕਿ ਯੂਰੋਪੀਅਨ ਮੈਡੀਕਲ ਏਜੰਸੀ ਹੈ ਤੇ ਇਟਲੀ ਦੀ ਜਿਹੜੀ ਆ ਇਟਾਲੀਅਨ ਏਜੰਸੀ ਐ ਟਲਿਆਨਾ ਦੇ ਫਾਰਮਕੋ ਇਹਨੂੰ ਆਈਫਾ ਕਹਿੰਦੇ ਆ ਤੇ ਇਹਨਾਂ ਨੇ ਵੀ ਅਮਰੀਕਾ ਦੇ ਵਾਂਗ ਇੱਕ ਬਿਆਨ ਦਿੱਤਾ ਕਿ ਹੋ ਸਕਦਾ ਦੱਸ ਰਿਹਾ ਹੈ ਕਿ ਹੋ ਸਕਦਾ ਕਿ ਇਟਲੀ ਦੇ ਵਿੱਚ ਵੀ ਹਰ ਸਾਲ ਵੈਕਸੀਨ ਦੇ ਜਿਹੜੇ ਡੋਜ਼ ਲਵਾਉਣੇ ਪਹਿਣਗੇ ਜੀ ਬਿਲਕੁਲ ਤੁਸੀਂ ਸਹੀ ਸੁਣਿਆ ਸਿਰਫ ਇੱਕ ਜਾਂ ਦੋ ਡੋਜ਼ਾਂ ਦੇ ਨਾਲ ਹੀ ਨਹੀਂ ਸਾਰਨਾ ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਦੇ ਡੋਜ਼ ਹਰ ਸਾਲ ਲਵਾਉਣੇ ਪਿਆ ਕਰਦੇ ਆ ਜੀ ਅਗਲੇ ਅਪਡੇਟ ਵੱਲ ਚਲਦੇ ਹਾਂ ਜੀ ਲੋਜੀਸਟਿਕਾ ਜਿਹੜਾ ਇੱਕ ਬੰਦ ਹੋ ਰਿਹਾ ਸੀ ਜਿਨੇ ਆਪਣੇ ਬੰਦੇ ਹੀ ਜਿਹੜੇ ਉਹਦੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ 31 ਉਹਨਾਂ ਨੇ ਮੈਸੇਜ ਕੀਤਾ ਹੈ WhatsApp ਕੀਤਾ ਹੈ ਕਿ ਸਵੇਰ ਤੋਂ ਕੰਮ ਤੇ ਨਹੀਂ ਆਣਾ ਜੀ ਇਹ ਉਹ ਉਹ ਫੈਕਟਰੀ ਹੈ ਜੀ ਜਿਹੜੀ ਪਿਛਲੇ ਸਾਲ ਜਦੋਂ ਲੋਕਡਾਊਨ ਦਾ ਟਾਈਮ ਸੀਗਾ ਤੇ ਇੱਥੇ ਬੰਦੇ ਲਗਾਤਾਰ ਤੂਰਨੀਆਂ ਦੇ ਵਿੱਚ ਕੰਮ ਕਰ ਰਹੇ ਸਨ ਤੇ ਇੱਥੇ 100 ਬੰਦਿਆਂ ਨੂੰ ਇਹਨਾਂ ਨੇ ਹੁਣ ਬਲੋਨੀਆ ਦੇ ਵਿੱਚ ਇਹ ਫੈਕਟਰੀ ਆ 100 ਬੰਦਿਆਂ ਨੂੰ ਉਹਨਾਂ ਨੇ ਮੈਸੇਜ ਕੀਤਾ WhatsApp ਤੇ ਕਿ ਅਸੀਂ ਬੰਦ ਕਰਨ ਲੱਗੇ ਆ ਚੰਗਾ ਚੰਗਾ ਜੀ ਮਿਲਾਂਗੇ ਤੁਹਾਡੇ ਨਾਲ ਕੰਮ ਕਰਕੇ ਵਧੀਆ ਲੱਗਾ ਸਵੇਰ ਤੋਂ ਕੰਮ ਤੇ ਨਾ ਆਇਓ ਸਰਕਾਰ ਇਹਦੇ ਵਿੱਚ ਦਾਖਲ ਹੋਈ ਆ ਤੇ ਇਸ ਫੈਕਟਰੀ ਨੂੰ ਬੰਦ ਹੋਣ ਲਈ ਹੋਣ ਤੋਂ ਹੋਰ 2 ਮਹੀਨੇ ਰੋਕ ਲਿਆ ਗਿਆ ਹੁਣ ਇਹਦਾ ਜਿਹੜਾ ਬੰਦ ਕਰਨ ਦੀ ਡੇਟ ਆ ਜੀ ਦੱਸਿਆ ਜਾ ਰਿਹਾ ਅਕਤੂਬਰ ਤੱਕ 50 ਦਿੱਤੀ ਗਈ ਹੈ ਤੇ ਅਕਤੂਬਰ ਤੱਕ ਬੰਦੇ ਹੋਣ ਇਥੇ ਕੰਮ ਤੇ ਲੱਗੇ ਰਹਿਣਗੇ ਜੀ ਅਗਲਾ ਅਪਡੇਟ ਆਪਣਾ ਬਾਰੀ ਦੁਆਰਾ ਜੀ ਬਾਰੀ ਦੇ ਵਿੱਚ ਇੱਕ ਪੇ ਤੇ ਪੁੱਤ ਘਰ ਦੇ ਵਿੱਚ ਜਿਹੜਾ ਗੈਸ ਵਾਲਾ ਸਿਲੰਡਰ ਆ ਉਹ ਲਾ ਰਹੇ ਸਨ ਗੈਸ ਲੀਕੇਜ ਹੋਣ ਦੇ ਕਾਰਨ ਜਿੱਦਾਂ ਇਹਨਾਂ ਨੇ ਗੈਸ ਲਾਈ ਉੱਥੇ ਧਮਾਕਾ ਹੋਇਆ ਘਰ ਦੇ ਵਿੱਚ ਬਿਸਪੋਰਟ ਬਹੁਤ ਤਕੜਾ ਹੋਇਆ ਜਿਸ ਨਾਲ ਜਿਹੜਾ 55 ਸਾਲ ਦਾ ਉਹਦਾ ਬਾਪ ਸੀ ਉਹ ਤਾਂ ਮੌਕੇ ਤੇ ਬਧੀ ਮੌਤ ਹੋ ਗਈ ਤੇ ਜਿਹੜਾ ਮੁੰਡਾ ਸੀ ਉਹਨੂੰ ਹਸਪੀਟਲ ਦੇ ਵਿੱਚ ਜ਼ਖਮੀ ਹਾਲਾਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੀਰੀਅਸ ਕੰਡੀਸ਼ਨਾਂ ਦੇ ਵਿੱਚ ਪਹੁੰਚਾਇਆ ਗਿਆ ਜੀ ਇਟਲੀ ਦੇ ਜਿਹੜੇ ਕਾਨੂੰਨ ਆ ਜਾਂ ਕਿਸੇ ਦੇਸ਼ ਦੇ ਕਾਨੂੰਨ ਆ ਜਿੱਡਾ ਮਰਜੀ ਬੰਦਾ ਤਕੜਾ ਹੋਵੇ ਜਿੰਨਾ ਮਰਜੀ ਆਪਣੀਆਂ ਗੱਲਾਂ ਤੇ ਪੱਕਾ ਹੋਵੇ ਪਰ ਉਹਨੂੰ ਕਾਨੂੰਨਾਂ ਦੇ ਮੋਰੇ ਝੁਕਣਾ ਹੀ ਪੈਂਦਾ ਜੀ ਐਦਾਂ ਦਾ ਹੀ ਕੁਝ ਹੋਇਆ ਜੀ ਬੁਲਸਾਨੋ ਦੇ ਵਿੱਚ ਇੱਕ ਹੋਟਲ ਸਗਾ ਜਿਹਦਾ ਨਾਮ ਸਗਾ ਸਨ ਕਾਂਦੀਦੋ ਸਰੰਕਾਂ ਦੀ ਦਾ ਹੋਟਲ ਆ ਜੋ ਕੇ ਦੱਸਿਆ ਜਾ ਰਿਹਾ ਕਿ ਜਿਹਨੂੰ 250 ਸਾਲ ਤੋਂ ਇੱਕ ਬੰਦੇ ਦੀ ਫੈਕਟਰੀ ਇੱਕ ਬੰਦਾ ਜਿਹੜਾ ਉਹਨੂੰ 250 ਸਾਲ ਤੋਂ ਉਹਨਾਂ ਦੀ ਫੈਮਿਲੀ ਚਲਾ ਰਹੀ ਆ ਉਹ ਆਪਣੇ ਹੋਟਲ ਦੇ ਵਿੱਚ ਜਿੰਨੇ ਵੀ ਕੰਮ ਕਰ ਰਹੇ ਸੀ ਉਹਨਾਂ ਨੂੰ ਕਹਿ ਰਿਆ ਸੀਗਾ ਵੀ ਤੁਸੀਂ ਬਈ ਇੱਥੇ ਮਾਸਕ ਨਹੀਂ ਲੈਣਾ ਕੋਈ ਸੋਸ਼ਲ ਡਿਸਟੈਂਸ ਨਹੀਂ ਰੱਖਣਾ ਤੇ ਇਹਦੇ ਨਾਲ ਕੀ ਹੋਇਆ ਜੀ ਇਹਦੇ ਨਾਲ ਇਹ ਹੋਇਆ ਕਿ ਜਿੱਦਾਂ ਹੀ ਪੁਲਿਸ ਨੂੰ ਪਤਾ ਲੱਗਾ ਛਾਪਾ ਪਿਆ ਤਾਂ ਉਹ ਕਹਿੰਦੇ ਜੀ ਅਸੀਂ ਤੁਹਾਡਾ ਹੋਟਲ ਬੰਦ ਕਰ ਦੇਣਾ ਪਹਿਲਾਂ ਤਾਂ ਉਹਨੇ ਧਮਕੀ ਦਿੱਤੀ ਕਿ 250 ਸਾਲ ਤੋਂ ਅਸੀਂ ਇਸ ਹੋਟਲ ਨੂੰ ਅਲਬੈਰਗ ਨੂੰ ਚਲਾ ਰਹੇ ਆ ਬਸ ਫਿਰ ਕੀ ਜਦੋਂ ਕਾਨੂੰਨ ਦੇ ਮੋਰੇ ਨੂੰ ਪੇਸ਼ ਹੋਣਾ ਪਿਆ ਤਾਂ ਉਹ ਮੰਨ ਗਿਆ ਜੀ ਕਿ ਅਸੀਂ ਸੋਸ਼ਲ ਡਿਸਟੈਂਸ ਵੀ ਰੱਖਾਂਗੇ ਅਸੀਂ ਸਾਧੀਆਂ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਜੋ ਵੀ ਜਿਹੜੀਆਂ ਵੀ ਸਾਵਧਾਨੀਆਂ ਉਹਨਾਂ ਨੂੰ ਦੇਖਾਂਗੇ ਜੀ ਪਰ ਸਾਡਾ ਜਿਹੜਾ ਹੋਟਲ ਆ ਬੰਦ ਨਾ ਕਰੋ ਹੋਟਲ ਨੂੰ ਚੱਲਦਾ ਰੱਖਣ ਦੇ ਲਈ ਉਹਨੂੰ ਸੋਸ਼ਲ ਡਿਸਟੈਂਸ ਅਤੇ ਮੂੰਹ ਤੇ ਮਾਸਕ ਲਵਾ ਕੇ ਅੰਦਰ ਬਿਨਾ ਵੜਨ ਤੋਂ ਇਜਾਜ਼ਤ ਨਹੀਂ ਦਿੱਤੀ ਜਾਣੀ ਕਿਸੇ ਵੀ ਬੰਦੇ ਨੂੰ ਉਸ ਬੁਲਸਾਨ ਹੁੰਦੇ ਹੋਟਲ ਦੇ ਵਿੱਚ ਅਤੇ ਇੱਕ ਹੋਰ ਖਬਰ ਆ ਰਹੀ ਹੈ ਜੀ ਇਹ ਖਬਰ ਆ ਰਹੀ ਹੈ ਜੀ ਗ੍ਰੀਨ ਪਾਸ ਹੋ ਗਿਆ ਜਾਂ ਫਿਰ ਨੋ ਵੈਕਸੀਨ ਵਾਲੇ ਹੋ ਗਏ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਘਰ ਦੇ ਤਾਂ ਕਹਿ ਰਹੇ ਕਿ ਅਸੀਂ ਵੈਕਸੀਨ ਨਹੀਂ ਲਵਾਣੀ ਪਰ ਉਹਨਾਂ ਦੇ ਬੱਚੇ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ ਕਿ ਮੈਂ ਵੈਕਸੀਨ ਲਵਾਣੀ ਹੈ ਇਦਾਂ ਦਾ ਹੀ ਇੱਕ ਕੇਸ ਸਾਹਮਣੇ ਆਇਆ 14 ਸਾਲ ਦਾ ਮੁੰਡਾ ਜਿਸ ਨੇ ਮੀਡੀਆ ਦੇ ਕੋਲੋਂ ਹੈਲਪ ਮੰਗੀ ਸੋਸ਼ਲ ਮੀਡੀਆ ਕੋਲੋਂ ਅਖਬਾਰਾਂ ਦੇ ਨੂੰ ਉਹਨੇ ਇੱਕ ਚਿੱਠੀ ਲਿਖੀ ਜਾਂਦਾ ਮੈਸੇਜ ਲਿਖਿਆ ਕਿ ਮੈਂ ਆਪਣੇ ਵੈਕਸੀਨ ਲਵਾਉਣਾ ਚਾਹੁੰਦਾ ਪਰ ਮੇਰੇ ਘਰ ਦੇ ਵੈਕਸੀਨ ਤੋਂ ਖਿਲਾਫ ਉਹਨਾਂ ਨੂੰ ਕੋਈ ਸਮਝਾਓ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਵੀ ਦੱਸੋ ਕਿ ਮੈਂ ਜੇਕਰ ਵੈਕਸੀਨ ਨਹੀਂ ਲਵਾਉਂਦਾ ਤਾਂ ਮੈਂ ਫਿਰ ਪੜ੍ਹ ਲਿਖ ਨਹੀਂ ਸਕਦਾ ਮੈਂ ਅੱਗੇ ਨਹੀਂ ਵਸ ਸਕਦਾ ਕੋਈ ਕਿਸੇ ਵੀ ਤਰ੍ਹਾਂ ਕਰਕੇ ਮੇਰੇ ਘਰਦਿਆਂ ਨੂੰ ਸਮਝਾਵੇ ਤਾਂ ਜੋ ਮੈਂ ਵੀ ਜਿਹੜਾ ਵੈਕਸੀਨ ਲਵਾ ਸਕਾਂ ਜੀ ਆਪਣੇ ਲਾਸਟਲੇ ਅਪਡੇਟ ਵਾਲ ਚੱਲਦੇ ਆ ਜੀ ਤੋਰਿਨੋ ਦੀ ਪੁਲਿਸ ਤੋਰਿਨੋ ਦੀ ਪੁਲਿਸ ਇੱਕ ਨਵਾਂ ਐਕਸਪੈਰੀਮੈਂਟ ਕਰ ਕਰਨ ਜਾ ਰਹੀ ਹੈ ਜੀ ਜੇਕਰ ਸ਼ਰਾਬ ਪੀਤੀ ਹੋਵੇ ਜਾਂ ਫਿਰ ਬੰਦੇ ਨੇ ਕਿਸੇ ਨੇ ਨਸ਼ਾ ਕੀਤਾ ਹੋਵੇ ਤੇ ਉਹ ਫੂਕ ਨਾ ਮਾਰਨਾ ਚਾਹੁੰਦਾ ਹੋਵੇ ਜਾਂ ਕੋਈ ਆਪਣਾ ਟੈਸਟ ਨਾ ਕਰਵਾਉਣਾ ਚਾਹੁੰਦਾ ਹੋਵੇ ਤਾਂ ਇੱਕ ਨਵੇਂ ਪ੍ਰਕਾਰ ਦਾ ਜੰਤਰ ਨਵੇਂ ਪ੍ਰਕਾਰ ਦਾ ਜਗਾੜ ਨਵੇਂ ਪ੍ਰਕਾਰ ਦਾ ਸਿਸਟਮ ਤਿਆਰ ਕੀਤਾ ਜੀ ਪੁਲਿਸ ਨੇ ਜਿਹਦੇ ਨਾਲ ਬੰਦੇ ਦੇ ਪਸੀਨੇ ਦੀ ਸਮਹਿਲ ਤੋਂ ਹੀ ਪਸੀਨੇ ਦੀ ਜੋ ਬਦਬੂ ਆ ਜਾਂ ਬੂ ਆ ਜੋ ਵੀ ਹੈ ਉਹਦੇ ਤੋਂ ਪਤਾ ਲੱਗ ਜਾਣਾ ਕਿ ਬੰਦੇ ਨੇ ਸ਼ਰਾਬ ਪੀਤੀ ਆ ਬੰਦੇ ਨੇ ਨਸ਼ਾ ਕੀਤਾ ਜਾਂ ਫਿਰ ਨਹੀਂ ਤੋ ਇਹਨਾਂ ਦੇ ਵਿੱਚ ਇਸ ਚੀਜ਼ ਨੂੰ ਹੁਣ ਐਕਸਪੈਰੀਮੈਂਟ ਕੀਤਾ ਜਾ ਰਿਹਾ ਜੀ ਇੰਡੀਆ ਤੋਂ ਨਾਰਮਲ ਆਉਣ ਵਾਲੀਆਂ ਜਿਹੜੀਆਂ ਫਲਾਈਟਾਂ ਦੀ ਉਹਨਾਂ ਦੇ ਬਾਰੇ ਕੋਈ ਅਪਡੇਟ ਨਹੀਂ ਹੈਗਾ ਫਿਲਹਾਲ ਪੂਰੇ ਦਾ ਪੂਰਾ ਮਹੀਨਾ ਬੰਦ ਨੇ ਉਸ ਤੋਂ ਬਾਅਦ ਹੀ ਜੇਕਰ ਕੋਈ ਹੋਊਗਾ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਸਪੈਸ਼ਲ ਫਲਾਈਟਾਂ ਚੱਲ ਰਹੀਆਂ ਨੇ ਜੋ ਕਿ ਤੁਸੀਂ ਕਿਸੇ ਵੀ ਟਰੈਵਲ ਏਜੰਸੀ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਜੋ ਰੇਟ ਨੇ ਜੋ ਪ੍ਰਾਈਸ ਨੇ ਬਹੁਤ ਹੀ ਜ਼ਿਆਦਾ ਨੇ ਜੇਕਰ ਤੁਸੀਂ ਨਾਰਮਲ ਪ੍ਰਾਈਸ ਤੇ ਆਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਉਡੀਕਣਾ ਪੈਣਾ ਜੀ ਕਿ ਜੜੀਆਂ ਪਾਬੰਦੀਆਂ ਖਤਮ ਹੋਣ ਤੇ ਜੜੀਆਂ ਨਾਰਮਲ ਫਲੈਟਾਂ ਵਾਪਸ ਆਣੀਆਂ ਸ਼ੁਰੂ ਹੋ ਜਾਣ ਜੀ ਵਰਦੇ ਲਈ ਕੰਨਿਆਂ ਦੀ ਲੋੜ ਹੈ ਜੀ ਜੱਟ ਪਰਿਵਾਰ ਤੋਂ 37 ਸਾਲ ਦਾ ਮੁੰਡਾ ਡਿਵੋਰਸੀ ਹੈ ਕਾਰਤਾ ਦੀ ਸੁਜੋਨ ਕੋਲ ਆ ਪਤੰਤੇ 20 ਇਟਲੀ ਦੇ ਵਿੱਚ ਕੰਮ ਤੇ ਲੱਗਾ ਹਸਤਾਲੇ ਚ ਕੰਮ ਕਰ ਰਿਹਾ ਇੰਡੀਆ ਤੋਂ ਨਵਾਂ ਸ਼ਹਿਰ ਜਿਹੜੀ ਆ ਲੜਕੀ ਜੋ ਇਟਲੀ ਦੇ ਵਿੱਚ ਰਹਿੰਦੀ ਹੋਣੀ ਚਾਹੀਦੀ ਜੇਕਰ ਡਿਵੋਰਸੀ ਹੋਣ ਤਾਂ ਉਹ ਵੀ ਕੰਟੈਕਟ ਕਰ ਸਕਦੇ ਆ ਨੰਬਰ ਤੁਸੀਂ ਨੋਟ ਕਰ ਲਓ ਜੀ ਕੰਟੈਕਟ ਕਰਨ ਦੇ ਲਈ 324 8431651 324 8431651 ਵਰ ਦੇ ਲਈ ਕੰਨਿਆ ਦੀ ਲੋੜ ਹੈ ਜੀ ਕੰਨਿਆ ਜੱਟ ਪਰਿਵਾਰ ਤੋਂ ਅਤੇ ਤਲਾਕਸ਼ੁਦਾ ਉਮਰ 29 ਸਾਲਾਂ ਲੜਕੀ ਇੰਡੀਆ ਦੇ ਵਿੱਚ ਰਹਿ ਰਹੀ ਹੈ ਇੰਡੀਆ ਦੇ ਵਿੱਚ ਰਹਿ ਰਹੀ ਹੈ ਲੜਕਾ ਇਟਲੀ ਦੇ ਵਿੱਚ ਜਾਂ ਫਿਰ ਯੂਰਪ ਦੇ ਵਿੱਚ ਹੋਣਾ ਚਾਹੀਦਾ ਹੈ ਜੀ ਕਿਰਪਾ ਕਰਕੇ ਜੱਟ ਪਰਿਵਾਰ ਹੀ ਸੰਪਰਕ ਕਰਨ ਤੇ ਡਾਈਵੋਰਸੀ ਵੀ ਸੰਪਰਕ ਕਰ ਸਕਦੇ ਨੇ ਟੈਲੀਫੋਨ ਨੰਬਰ ਨੋਟ ਕਰ ਲਓ ਜੀ ਲੜਕੀ ਦੇ ਪਰਿਵਾਰ ਦੇ ਨਾਲ ਕੰਟੈਕਟ ਕਰਨ ਦੇ ਲਈ 3533 578 505 3533 578 505